ਗੁਰਦੀਪ ਜੁਝਾਰ ਤੇ ਕੇ ਰਾਜੂ ਨਾਂ ਲੈ ਰਿਹਾ ਠੋਕੇ। ਇਹ ਸਭ ਤੋਂ ਵੱਡੇ ਮਾਫੀਏ ਨੇ ਕੇਬਲ ਦੇ, ਬਲੈਕਮੇਲਰ ਨੇ ਜਿਨ੍ਹਾਂ ਨੇ ਮੋਨੋਪੋਲੀ ਬਣਾ ਲਈ। ਔਰ ਤੁਹਾਨੂੰ ਪਤਾ ਵੀ ਸੁਖਬੀਰ ਨਾਲ ਇਹਨਾਂ ਦੇ ਕੀ ਸੰਬੰਧ ਨੇ। ਉਹਨਾਂ ਨੂੰ 13 ਕਰੋੜ ਰੁਪਏ ਦੀ ਜ਼ਮੀਨ 1 ਕਰੋੜ ਚੁਕਾਤੀ ਤੇ ਐਂ ਖਜ਼ਾਨਾ ਭਰੂ। ਇਹਦਾ ਮਤਲਬ 75-25 ਹੁਣ 50-50 ਹੋ ਗਿਆ, 50-50। ਗੁਰਦੀਪ ਜੁਝਾਰ ਤੇ ਕੇ ਰਾਜੂ ਨਾਂ ਲੈ ਰਿਹਾ ਠੋਕੇ। ਇਹ ਸਭ ਤੋਂ ਵੱਡੇ ਮਾਫੀਏ ਨੇ ਕੇਬਲ ਦੇ, ਬਲੈਕਮੇਲਰ ਨੇ ਜਿਨ੍ਹਾਂ ਨੇ ਮੋਨੋਪੋਲੀ ਬਣਾ ਲਈ। ਔਰ ਤੁਹਾਨੂੰ ਪਤਾ ਵੀ ਸੁਖਬੀਰ ਨਾਲ ਇਹਨਾਂ ਦੇ ਕੀ ਸੰਬੰਧ ਨੇ, ਸਮਝੋ। ਉਹਨਾਂ ਨੂੰ 13 ਕਰੋੜ ਰੁਪਏ ਦੀ ਜ਼ਮੀਨ 1 ਕਰੋੜ ਚੁਕਾਤੀ ਤੇ ਐਂ ਖਜ਼ਾਨਾ ਭਰੂ। ਇਹਦਾ ਮਤਲਬ 75-25 ਹੁਣ 50-50 ਹੋ ਗਿਆ, 50-50। ਹੈ ਉਹ ਜਾ ਮਿੱਤਰਾ, ਕੀ ਤਾਕਤ ਹੈ ਤੁਹਾਡੇ ਕੋਲ ਸ਼ਾਮਲਾਟ ਦੀਆਂ ਜ਼ਮੀਨਾਂ ਵੇਚਣ ਦੀ? ਹਾਈ ਕੋਰਟ ਦਾ ਆਰਡਰ ਹੈ, ਚਾਹੇ ਮਿਊਟੇਸ਼ਨ ਹੋਵੇ ਚਾਹੇ ਟ੍ਰਾਂਸਫਰ ਹੋਈ ਹੋਈ ਹੋਵੇ, ਇਟ ਹੈਜ਼ ਟੂ ਬੀ ਰਿਵਰਸਡ। ਔਰ ਪੰਚਾਇਤ ਕੋਲ ਆਉਣੀ ਚਾਹੀਦੀ ਹੈ। ਤੁਸੀਂ ਕਿਹੜੇ ਹੁਕਮ ਦੇ ਉੱਤੇ ਵੇਚਤੀਆਂ ਟ੍ਰਾਂਸਫਰ ਕਰਤੀਆਂ ਬਾਈ, ਸਮਝੋ ਮੇਰੀ ਗੱਲ। ਇਹਦਾ ਮਤਲਬ 50-50 ਹੋ ਗਈ ਨਾ। ਇਹ ਗੱਲਾਂ ਕਹਿ ਦੇਣੀਆਂ ਜੀ ਐਂ ਜੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ, ਐਨੀ ਖਜ਼ਾਨੇ ਭਰਨੇ। ਗੁਰਦੀਪ ਜੁਝਾਰ ਤੇ ਕੇ ਰਾਜੂ ਨਾਂ ਲੈ ਰਿਹਾ ਠੋਕੇ। ਇਹ ਸਭ ਤੋਂ ਵੱਡੇ ਮਾਫੀਏ ਨੇ ਕੇਬਲ ਦੇ, ਬਲੈਕਮੇਲਰ ਨੇ ਜਿਨ੍ਹਾਂ ਨੇ ਮੋਨੋਪੋਲੀ ਬਣਾ ਲਈ। ਔਰ ਤੁਹਾਨੂੰ ਪਤਾ ਵੀ ਸੁਖਬੀਰ ਨਾਲ ਇਹਨਾਂ ਦੇ ਕੀ ਸੰਬੰਧ ਨੇ, ਸਮਝੋ। ਉਹਨਾਂ ਨੂੰ 13 ਕਰੋੜ ਰੁਪਏ ਦੀ ਜ਼ਮੀਨ 1 ਕਰੋੜ ਚੁਕਾਤੀ ਤੇ ਐਂ ਖਜ਼ਾਨਾ ਭਰੂ। ਇਹਦਾ ਮਤਲਬ 75-25 ਹੁਣ 50-50 ਹੋ ਗਿਆ, 50-50। ਹੈਂ ਉਹ ਜਾ ਮਿੱਤਰਾ, ਕੀ ਤਾਕਤ ਹੈ ਤੁਹਾਡੇ ਕੋਲ ਸ਼ਾਮਲਾਟ ਦੀਆਂ ਜ਼ਮੀਨਾਂ ਵੇਚਣ ਦੀ? ਹਾਈ ਕੋਰਟ ਦਾ ਆਰਡਰ ਹੈ, ਚਾਹੇ ਮਿਊਟੇਸ਼ਨ ਹੋਵੇ ਚਾਹੇ ਟ੍ਰਾਂਸਫਰ ਹੋਈ ਹੋਈ ਹੋਵੇ, ਇਟ ਹੈਜ਼ ਟੂ ਬੀ ਰਿਵਰਸਡ। ਔਰ ਪੰਚਾਇਤ ਕੋਲ ਆਉਣੀ ਚਾਹੀਦੀ ਹੈ। ਤੁਸੀਂ ਕਿਹੜੇ ਹੁਕਮ ਦੇ ਉੱਤੇ ਵੇਚਤੀਆਂ ਟ੍ਰਾਂਸਫਰ ਕਰਤੀਆਂ ਬਾਈ, ਸਮਝੋ ਮੇਰੀ ਗੱਲ। ਇਹਦਾ ਮਤਲਬ 50-50 ਹੋ ਗਈ ਨਾ। ਇਹ ਗੱਲਾਂ ਕਹਿ ਦੇਣੀਆਂ ਜੀ ਐਂ ਜੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ, ਐਨੀ ਖਜ਼ਾਨੇ ਭਰਨੇ। ਗੁਰਦੀਪ ਜੁਝਾਰ ਤੇ ਕੇ ਰਾਜੂ ਨਾਂ ਲੈ ਰਿਹਾ ਠੋਕੇ। ਇਹ ਸਭ ਤੋਂ ਵੱਡੇ ਮਾਫੀਏ ਨੇ ਕੇਬਲ ਦੇ, ਬਲੈਕਮੇਲਰ ਨੇ ਜਿਨ੍ਹਾਂ ਨੇ ਮੋਨੋਪੋਲੀ ਬਣਾ ਲਈ। ਔਰ ਤੁਹਾਨੂੰ ਪਤਾ ਵੀ ਸੁਖਬੀਰ ਨਾਲ ਇਹਨਾਂ ਦੇ ਕੀ ਸੰਬੰਧ ਨੇ, ਸਮਝੋ। ਉਹਨਾਂ ਨੂੰ 13 ਕਰੋੜ ਰੁਪਏ ਦੀ ਜ਼ਮੀਨ 1 ਕਰੋੜ ਚੁਕਾਤੀ ਤੇ ਐਂ ਖਜ਼ਾਨਾ ਭਰੂ। ਇਹਦਾ ਮਤਲਬ 75-25 ਹੁਣ 50-50 ਹੋ ਗਿਆ, 50-50। ਹੈਂ ਉਹ ਜਾ ਮਿੱਤਰਾ, ਕੀ ਤਾਕਤ ਹੈ ਤੁਹਾਡੇ ਕੋਲ ਸ਼ਾਮਲਾਟ ਦੀਆਂ ਜ਼ਮੀਨਾਂ ਵੇਚਣ ਦੀ? ਹਾਈ ਕੋਰਟ ਦਾ ਆਰਡਰ ਹੈ, ਚਾਹੇ ਮਿਊਟੇਸ਼ਨ ਹੋਵੇ ਚਾਹੇ ਟ੍ਰਾਂਸਫਰ ਹੋਈ ਹੋਈ ਹੋਵੇ, ਇਟ ਹੈਜ਼ ਟੂ ਬੀ ਰਿਵਰਸਡ। ਔਰ ਪੰਚਾਇਤ ਕੋਲ ਆਉਣੀ ਚਾਹੀਦੀ ਹੈ। ਤੁਸੀਂ ਕਿਹੜੇ ਹੁਕਮ ਦੇ ਉੱਤੇ ਵੇਚਤੀਆਂ ਟ੍ਰਾਂਸਫਰ ਕਰਤੀਆਂ ਬਾਈ, ਸਮਝੋ ਮੇਰੀ ਗੱਲ। ਇਹਦਾ ਮਤਲਬ 50-50 ਹੋ ਗਈ ਨਾ। ਇਹ ਗੱਲਾਂ ਕਹਿ ਦੇਣੀਆਂ ਜੀ ਐਂ ਜੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ, ਐਨੀ ਖਜ਼ਾਨੇ ਭਰਨੇ।